ਇੱਕ ਵੱਡੀ ਸਫਲਤਾ ਮਿਲੀ ਹੈ ਸਰ। ਸਭ ਤੋਂ ਪਹਿਲਾਂ ਕਿਹੜੀ ਗੈਂਗ ਦੇ ਨਾਲ ਰਿਲੇਟਡ ਸੀ, ਕਿੰਨੇ ਲੋਕ ਸੀ ਤੇ ਕੀ ਕੀ ਬਰਾਮਦ ਹੋਇਆ? ਇਹ ਪੰਜ ਬੰਦੇ ਗ੍ਰਿਫਤਾਰ ਕੀਤੇ ਹੈ। ਇਹ 5 ਦਿਨ ਤੋਂ ਆਪਰੇਸ਼ਨ ਚੱਲ ਰਿਹਾ ਸੀਗਾ, ਵੱਖ ਵੱਖ ਜਗ੍ਹਾ ਤੋਂ, ਵੱਖ ਵੱਖ ਟਾਈਮ, ਅਤੇ ਬੰਬੀਆ ਕੌਸ਼ਲ ਗੈਂਗ ਦੇ ਮੈਂਬਰਸ ਹੈ। ਅਤੇ ਇਹਨਾਂ ਦਾ ਬੇਸਿਕ ਕੰਮ ਜਿਹੜਾ ਸੀਗਾ, ਫਿਰੌਤੀ, ਐਕਸਟੋਰਸ਼ਨ, ਮਰਡਰ, ਅਟੈਂਪਟ ਟੂ ਮਰਡਰ, ਪਰਚੇ ਪਹਿਲਾਂ ਵੀ ਦਰਜ ਹੈ ਇਹਨਾਂ 'ਤੇ। ਅਤੇ ਉਮਰ 20s 'ਚ ਹੈ ਸਾਰੇ। 9 ਵੈਪਨ ਮਿਲੇ ਇਹਨਾਂ ਤੋਂ, ਜਿਨ੍ਹਾਂ ਦਾ ਓਰੀਜਨ ਜਿਹੜਾ ਹੈ ਉਹ MP ਹੈ, ਵਨ ਆਫ ਦਾ ਡਿਸਟ੍ਰਿਕਟਸ ਇਨ MP, ਉਹ ਆਇਡੈਂਟੀਫਾਈ ਹੋ ਗਿਆ ਹੈ। ਅਤੇ ਅਲੱਗ ਅਲੱਗ ਟਾਈਮ 'ਤੇ ਵੈਪਨ ਲੈ ਕੇ ਆਏ ਸੀਗੇ। ਇਹਨਾਂ ਨੇ ਆਪਣੇ ਰਾਈਵਲ ਗਰੁੱਪ ਮੈਂਬਰਸ ਦੀ ਰੈਕੀ ਵੀ ਕੀਤੀ ਹੋਈ ਸੀਗੀ, ਜਿਹੜੀ ਫਸਟ ਹੈਂਡ ਇਨਫੋਰਮੇਸ਼ਨ 'ਤੇ ਇਨਵੈਸਟੀਗੇਸ਼ਨ ਇੰਟਰੋਗੇਸ਼ਨ 'ਚ ਆਇਆ ਹੈ। ਅਤੇ ਰੈਕੀ ਕੀਤੀ ਹੋਈ ਸੀਗੀ 3 ਲੋਕਾਂ ਦੀ, ਜਿਨ੍ਹਾਂ ਨੂੰ ਇਹਨਾਂ ਨੇ ਆਉਣ ਵਾਲੇ ਟਾਈਮ 'ਚ ਇਲੀਮੀਨੇਟ ਕਰਨਾ ਸੀਗਾ। ਇਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ, ਉਸ ਕਰਕੇ ਇਹਨਾਂ ਦਾ ਜਿਹੜੀ ਉਹ ਇਹ ਪ੍ਰੋਸੈਸ ਜਿਹੜਾ ਐਲੀਮੀਨੇਸ਼ਨ ਜਿਹੜਾ ਕਰਨਾ ਸੀਗਾ ਉਹ ਅਵਰਟ ਹੋ ਗਿਆ, ਉਹ ਬਚਾਅ ਹੋ ਗਿਆ। ਬਾਕੀ ਇੱਕ PSO ਸੀਗਾ ਅੰਮ੍ਰਿਤਪਾਲ ਦਾ, ਜਿਹੜਾ ਉਹਦਾ ਪਰਸਨਲ ਸਿਕਿਉਰਿਟੀ ਸੀਗਾ, MP ਅੰਮ੍ਰਿਤਪਾਲ, ਹਾਂਜੀ, ਉਹਦਾ ਉਹ ਜੇਲ੍ਹ 'ਚ ਹੈ, ਕਪੂਰਥਲਾ ਜੇਲ੍ਹ 'ਚ। ਉਹ ਵੀ ਇਹਨਾਂ ਦੇ ਨਾਲ ਇਨਵੋਲਵਡ ਹੈ। ਉਹਦੀ ਇਨਵੋਲਵਡ, ਉਹਨੇ 1-2 ਵਾਰ ਇਹਨਾਂ ਨੂੰ ਵੈਪਨ ਮੁਹੱਈਆ ਕਰਾਏ, ਕਾਰਤੂਸ ਮੁਹੱਈਆ ਕਰਾਏ, ਟਾਰਗੇਟ ਵੀ ਇੱਕ ਦਿੱਤਾ ਸੀਗਾ ਉਹਨੇ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਸਿਰਫ ਆਹੀ ਆਇਆ। ਸਰ, ਜਿਹੜਾ ਟਾਰਗੇਟ ਦਿੱਤਾ ਸੀ ਉਹ ਕੋਈ ਅੰਮ੍ਰਿਤਪਾਲ ਦਾ ਟਾਰਗੇਟ ਸੀਗਾ? ਨਹੀਂ ਨਹੀਂ, ਇਹ ਇਟਸ ਮੈਟਰ ਆਫ ਇਨਵੈਸਟੀਗੇਸ਼ਨ। ਅਤੇ ਸਰ, ਇੱਕ ਹੋਰ ਚੀਜ਼ ਜਿਹੜਾ ਤੁਸੀਂ ਦੱਸ ਰਹੇ, 20 ਸਾਲ ਦੇ ਸੀ ਅਤੇ ਇਹਨਾਂ ਦਾ ਫਿਰ ਬੈਕਗ੍ਰਾਉਂਡ ਕੀ ਸੀ ਬੱਚਿਆਂ ਦੇ? 20 ਤੋਂ 20 ਸਾਲ ਤੱਕ। ਅਤੇ ਇਹਨਾਂ ਦਾ ਫਿਰ ਬੈਕਗ੍ਰਾਉਂਡ ਕੀ ਸੀ? ਬੈਕਗ੍ਰਾਉਂਡ ਹੈ ਕੋਈ 10ਵੀਂ ਪਾਸ ਹੈ, ਕੋਈ 12ਵੀਂ ਪਾਸ ਹੈ, ਕੰਮ ਕੁਛ ਕਰਦੇ ਨਹੀਂ ਹੈ, ਬਸ ਇਹਨੀ ਚੱਕਰਾਂ 'ਚ ਪੈ ਗਏ। ਵੱਡੀ ਕੁਛ ਤਾਂ ਇਹਨਾਂ ਦੇ ਕੇਸਵਾਰ ਸੀਗੇ, ਜਿਹੜੇ ਕੇਸ ਚੱਲਦੇ ਹੈ ਉਹਨਾਂ ਨੂੰ, ਕਿਸੇ ਨੂੰ ਗਵਾਹ ਨੂੰ ਐਲੀਮੀਨੇਟ ਕਰਨਾ, ਇਸ ਤਰ੍ਹਾਂ ਦੀ ਚੀਜ਼ਾਂ ਸੀਗੀਆਂ ਜੀ। ਅਤੇ ਸਾਡੇ ਨਾਲ ਜਲੰਧਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਸੀ, ਜਿਨ੍ਹਾਂ ਨੇ ਦੱਸਿਆ ਕਿ 5 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਦੀ ਅੱਖ 3 ਬੰਦਿਆਂ ਦੇ ਉੱਤੇ ਸੀਗੀ ਜਿਨ੍ਹਾਂ ਨੂੰ ਇਹਨਾਂ ਨੇ ਅਟੈਕ ਕਰਨਾ ਸੀ, ਲੇਕਿਨ ਉਹ ਚੀਜ਼ ਹੁਣ ਬ੍ਰੇਕ ਕਰ ਦਿੱਤੀ ਗਈ ਹੈ। ਬਾਕੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਜਿਹੜੇ ਫੈਕਟਸ ਆ ਉਹ ਵੀ ਜਲਦੀ ਜਲਦ ਸਾਹਮਣੇ ਆਉਣਗੇ। ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।